ਤੇ ਸਿਰਫ ਬਿਸਕੁਟ ਚੋਕਲੇਟ ਵਗੈਰਾ ਇੱਦਾਂ ਦਾ ਛੋਟਾ ਮੋਟਾ ਸਮਾਨ ਬ੍ਰੈਡ ਵਗੈਰਾ ਸੀ, ਤੇ ਉਸ ਦੇ ਨਾਲ ਅਸੀਂ ਗੁਜ਼ਾਰਾ ਕੀਤਾ ਅਤੇ 9 ਦਿਨ ਬਰਫ ਦੇ ਵਿੱਚ ਅਸੀਂ ਰਹੇ। ਪਰ ਦੂਜੀ ਟੈਕਸੀ ਨਹੀਂ ਆਈ, ਉੱਥੇ ਪੁਲਿਸ ਨੇ ਸਾਨੂੰ ਫੜ ਲਿਆ, ਪੁਲਿਸ ਫੜ ਕੇ ਸਾਨੂੰ ਲੈ ਗਈ ਥਾਣੇ 'ਚ, ਥਾਣੇ ਤੋਂ ਸਾਨੂੰ ਜੇਲ੍ਹ ਭੇਜਿਆ ਗਿਆ ਹੈ। ਕਦੇ ਲਤਵੀਆ, ਕਦੇ ਫਿਨ ਆਪਣੇ ਪੋਲੈਂਡ, ਕਦੇ ਲਤੀਵੀਆ, ਜੰਗਲ 'ਚ ਘੁੰਮਦੇ ਰਹੇ। ਇੱਥੇ ਹੀ ਆਰਮੀ ਫੜ ਲੈਂਦੀ, ਪਿੱਛੇ ਸਿੱਟ ਦਿੰਦੀ। ਮੇਰਾ ਨਾਮ ਲਖਵੀਰ ਸਿੰਘ, ਪਿੰਡ ਮਹਿਮੂਵਾਲ ਮਾਲਾ, ਜ਼ਿਲ੍ਹਾ ਜਲੰਧਰ, ਮੈਂ ਪੰਜਾਬ ਦਾ ਰਹਿਣ ਵਾਲਾ। ਅਸੀਂ ਏਜੰਟਾਂ ਰਾਹੀਂ ਗਏ ਸੀਗੇ, ਆਪਣੇ ਪਹਿਲੋਂ ਵਾਅਦਾ ਕੀਤਾ ਸਾਨੂੰ ਯੂਰਪ ਪਹੁੰਚਾਉਣ ਦਾ, ਵੀ ਇਹ ਸਾਨੂੰ ਕਹਿੰਦੇ ਵੀ ਤੁਸੀਂ 7 ਦਿਨਾਂ ਦੇ ਵਿੱਚ ਪਹੁੰਚ ਜਾਓਗੇ ਯੂਰਪ, ਫਰਾਂਸ ਜਾਂ ਇਟਲੀ ਕਿਤੇ ਵੀ ਯੂਰਪ ਦੇ ਵਿੱਚ ਤੁਹਾਨੂੰ ਪਹੁੰਚਾਵਾਂਗੇ, ਜਿਸ ਤਰ੍ਹਾਂ ਸਾਨੂੰ ਕਿਹਾ ਗਿਆ, ਪਰ ਉਸ ਤਰ੍ਹਾਂ ਬਿਲਕੁਲ ਨਹੀਂ ਪਹੁੰਚਾਇਆ ਗਿਆ। 13 ਲੱਖ ਰੁਪਇਆ ਸਾਡੇ ਤੋਂ ਨਗਦ, ਅਤੇ 2 ਲੱਖ ਰੁਪਇਆ ਨਾਲ ਅਸੀਂ ਲੈ ਕੇ ਗਏ, ਜਿਹੜਾ 15 ਲੱਖ ਕੁੱਲ ਲੈ ਕੇ ਗਏ। ਹਾਂਜੀ, ਪਹਿਲੋਂ ਈ ਵੀਜ਼ਾ ਲੈ ਕੇ ਦਿੱਤਾ ਇਹਨਾਂ ਨੇ ਓਮਾਨ ਦਾ। ਓਮਾਨ ਅਸੀਂ ਰਹੇ 13 ਦਿਨ, ਸਾਨੂੰ ਕਹਿੰਦੇ ਸੀ ਇੱਕੋ ਹੀ ਦਿਨ ਰਹਿਣਾ ਓਮਾਨ ਤੋਂ ਹੀ, ਪਰ ਇਹਨਾਂ ਨੇ 13 ਦਿਨ ਅਸੀਂ ਹੋਟਲਾਂ ਦਾ ਖਰਚਾ ਕੀਤਾ ਉੱਥੇ, ਅਤੇ ਉਸ ਤੋਂ ਬਾਅਦ ਓਮਾਨ ਤੋਂ ਬਾਅਦ ਰਸ਼ੀਆ ਦਾ ਈ ਵੀਜ਼ਾ ਸਾਨੂੰ ਐਂਟਰੀ ਵੀਜ਼ਾ 16 ਦਿਨਾਂ ਦਾ ਲੈ ਕੇ ਦਿੱਤਾ। ਰਸ਼ੀਆ ਤੋਂ ਬਾਅਦ ਸਾਨੂੰ ਬੈਲਾਰੂਸ ਲੈ ਗਏ, ਬੈਲਾਰੂਸ ਤੋਂ ਕਹਿੰਦੇ ਤੁਹਾਨੂੰ ਟੈਕਸੀ ਰਾਹੀਂ ਆਪਾਂ ਭੇਜਣਾ ਯੂਰਪ, ਪੋਲੈਂਡ ਥਾਣੀ, ਲਾਤਵੀਆ ਥਾਣੀ, ਪਰ ਟੈਕਸੀ ਰਾਹੀਂ ਸਾਨੂੰ 20 ਕਿਲੋਮੀਟਰ ਜਾ ਕੇ ਜੰਗਲ 'ਚ ਛੱਡਤਾ। ਅਸੀਂ 9 ਦਿਨ ਜੰਗਲਾਂ 'ਚ ਰਹੇ ਹਾਂ, ਜਿਹਦੇ ਵਿੱਚ ਸਾਡੇ ਤੋਂ ਖਾਣ ਪੀਣ ਲਈ ਕੁਝ ਵੀ ਨਹੀਂ ਸੀ, ਖਾਣ ਪੀਣ ਲਈ ਸਿਰਫ ਇੱਕ ਦੋ ਦਿਨ ਦਾ ਸਮਾਨ ਸੀਗਾ, ਜਿਹਦੇ ਵਿੱਚ ਸਾਡੇ ਤੋਂ ਸਿਰਫ ਬਿਸਕੁਟ ਚੋਕਲੇਟ ਵਗੈਰਾ ਇੱਦਾਂ ਦਾ ਛੋਟਾ ਮੋਟਾ ਸਮਾਨ ਬ੍ਰੈਡ ਵਗੈਰਾ ਸੀ, ਅਤੇ ਉਸ ਦੇ ਨਾਲ ਅਸੀਂ ਗੁਜ਼ਾਰਾ ਕੀਤਾ, ਅਤੇ 9 ਦਿਨ ਬਰਫ਼ ਦੇ ਵਿੱਚ ਅਸੀਂ ਰਹੇ ਹਾਂ। ਹਾਂਜੀ, ਬਾਬਾ ਜੀ ਨੇ ਸਾਨੂੰ, ਸੰਤ ਅਵਤਾਰ ਸਿੰਘ ਜੀ ਸੀਚੇਵਾਲ ਨੇ ਸਾਨੂੰ ਮੇਲ ਪਾ ਕੇ ਸਾਡੀ ਵਾਪਸ ਮੰਗਾਇਆ 6 ਜਣਿਆਂ ਨੂੰ। 5 ਜਣੇ ਅਸੀਂ ਪੰਜਾਬ ਦੇ ਅਤੇ 1 ਹਰਿਆਣਾ ਦਾ, ਹਰਿਆਣਾ ਦਾ ਮੁੰਡਾ ਹੈਗਾ। 24 ਤਰੀਕ ਨੂੰ ਅਸੀਂ ਵਾਪਸ ਆਏ ਹਾਂ, 17 ਨੂੰ 2 ਜਣਿਆਂ ਦੀ 17 ਨੂੰ ਮੇਲ ਪਾਈ ਸੀਗੀ, ਅਤੇ 4 ਜਣਿਆਂ ਦੀ 20 ਤਰੀਕ ਨੂੰ ਮੇਲ ਪਾਈ ਸੀ। ਉਸ ਤੋਂ 4-5 ਦਿਨ ਬਾਅਦ ਸਾਨੂੰ ਛੱਡ ਦਿੱਤਾ ਗਿਆ। ਅਸੀਂ ਜੀ ਉੱਥੇ 2.5 ਮਹੀਨੇ ਤੋਂ ਧੱਕੇ ਖਾ ਰਹੇ ਸੀਗੇ, ਅਤੇ ਫਿਨਲੈਂਡ ਦੇ ਬਾਰਡਰ 'ਤੇ 3 ਵਾਰੀ ਗਏ, ਫਿਰ ਲਾਤਵੀਆ ਵਾਲੇ ਬਾਰਡਰਾਂ 'ਤੇ ਪੁਲਿਸ ਨੇ, ਆਰਮੀ ਨੇ ਸਾਨੂੰ ਕੁੱਟਿਆ, ਅਤੇ ਨਾਲੇ ਭੁੱਖਣ ਭਾਣੇ 9 ਦਿਨ ਜੰਗਲਾਂ 'ਚ ਘੁੰਮਦੇ ਰਹੇ। ਡੋਂਕਰਾਂ ਨੇ ਮਾਰਕੁੱਟ ਨਹੀਂ ਕੀਤੀ, ਪਰ ਉਹਨਾਂ ਦੇ ਜਿਹੜੇ ਲੈ ਕੇ ਜਾਂਦੇ ਸੀ ਉੱਥੇ ਸਾਨੂੰ ਛੱਡ ਦਿੰਦੇ ਸੀ। ਇੱਕ ਦਿਨ ਸਾਰੀ 14-14 ਘੰਟੇ ਲਗਾਤਾਰ ਤੁਰ ਕੇ ਜਾਂਦੇ ਸੀ ਸਾਨੂੰ, 10 ਮਿੰਟ ਸਾਹ ਲੈ ਲਿਆ ਫਿਰ ਤੁਰ ਪਓ, 10 ਮਿੰਟ ਸਾਹ ਲੈ ਲਿਆ ਫਿਰ ਤੁਰ ਪਓ। ਹਾਂਜੀ, ਅਸੀਂ ਇਹੀ ਕਹਿਣਾ ਚਾਹੁੰਦੇ 2 ਨੰਬਰ 'ਚ ਜਿਹੜਾ ਵੀ ਜਾ ਰਿਹਾ ਉਹ ਬਿਲਕੁਲ ਨਾ ਜਾਵੇ, ਉੱਥੇ ਬਿਲਕੁਲ ਮੁੰਡੇ ਮਰ ਰਹੇ ਆ, ਭੁੱਖ ਦੀ ਵਜ੍ਹਾ ਨਾਲ ਮਰ ਰਹੇ ਆ, ਕੁਝ ਜੰਗਲਾਂ 'ਚ ਬਰਫ਼ ਦੀ ਵਜ੍ਹਾ ਨਾਲ ਮਰ ਰਹੇ ਆ। ਇਸ ਤਰ੍ਹਾਂ ਸਾਡੇ ਸਾਹਮਣੇ ਅੱਖਾਂ ਦੇ ਦੇਖਣ ਨਾਲ 6 ਮੁੰਡੇ ਮਰ ਚੁੱਕੇ ਉੱਥੇ, ਅਤੇ ਜੇਕਰ ਉਹਨਾਂ ਦੀ ਲਾਸ਼ ਵਾਪਸ ਮੰਗਵਾਉਣੀ ਹੋਵੇ ਤਾਂ 18-20 ਲੱਖ ਰੁਪਇਆ ਮੰਗਦੇ ਨੇ। ਹਾਂਜੀ, ਉੱਥੇ ਇਸ ਤਰ੍ਹਾਂ ਸਾਡੇ ਨਾਲ ਦੇ ਸਾਡੀ ਨਿਗਾਹ 'ਚ ਜਿਹੜੇ ਆ ਉਹ 10-12 ਜਣੇ ਹੋਰ ਵੀ ਫਸੇ ਹੋਏ ਨੇ, ਅਤੇ ਜਿਹੜੀ ਨਿਗਾਹ ਤੋਂ ਬਗੈਰ ਉਹਨਾਂ ਦਾ ਕੋਈ ਹਿਸਾਬ ਹੀ ਨਹੀਂ। ਭਾਈ ਗੁਰਮੀਤ ਸਿੰਘ ਮੇਰਾ ਨਾਮ ਆ, ਜ਼ਿਲ੍ਹਾ ਕਪੂਰਥਲਾ ਆ, ਪਿੰਡ ਡੋਗਰਾਂ ਵਾਲਿਆ। ਅਤੇ ਭਾਅ ਜੀ ਇੱਦਾਂ ਗੱਲ ਹੋਈ ਕਿ ਸਾਨੂੰ 2 ਮੁੰਡਿਆਂ ਨੂੰ ਭੇਜਿਆ ਗਿਆ ਬਾਹਰ ਓਮਾਨ, ਓਮਾਨ ਤੋਂ ਸਾਨੂੰ ਭੇਜਿਆ ਗਿਆ ਮੋਰੋਕੋ, ਮੋਰੋਕੋ ਤੋਂ ਸਾਡੀ ਗੱਲ ਹੋਈ ਸੀਗੀ 6-7 ਦਿਨ ਦੇ ਵਿੱਚ ਤੁਹਾਨੂੰ ਯੂਰਪ ਪਹੁੰਚਾਵਾਂਗੇ, ਸਪੇਨ ਪਹੁੰਚਾਵਾਂਗੇ। ਉੱਥੇ ਅਸੀਂ 1 ਮਹੀਨਾ ਪੂਰਾ ਰਹੇ ਹਾਂ ਮੋਰੋਕੋ, ਉਹਨੇ ਸਾਨੂੰ ਨਹੀਂ ਪਹੁੰਚਾਇਆ। ਫਿਰ ਵਾਪਸ ਸਾਨੂੰ ਉਹਨੇ ਲੈ ਆਂਦਾ ਰਸ਼ੀਆ, ਰਸ਼ੀਆ ਤੋਂ ਫਿਰ ਸਾਨੂੰ ਉਹਨੇ ਭੇਜ ਦਿੱਤਾ ਬੈਲਾਰੂਸ। ਬੈਲਾਰੂਸ ਤੋਂ ਸਾਨੂੰ ਨਹੀਂ ਪਤਾ ਸੀਗਾ ਕਿੱਦਾਂ ਇਹਨੇ ਕੱਢਣਾ ਅੱਗੇ ਕਿੱਦਾਂ ਨਹੀਂ। ਸਾਡੀ ਗੱਲ ਹੋਈ ਸੀਗੀ ਟੈਕਸੀ ਦੀ ਜਾਂ ਟਰਾਲੇ ਦੀ, ਸਾਨੂੰ ਨਹੀਂ ਭੇਜਿਆ ਗਿਆ ਟਰਾਲੇ 'ਚ, ਨਾ ਭੇਜਿਆ ਗਿਆ ਟੈਕਸੀ 'ਚ। ਸਾਨੂੰ 100-50 ਕਿਲੋਮੀਟਰ ਦੇ ਵਿੱਚ ਟੈਕਸੀ ਲੈ ਗਈ ਆ, ਫਿਰ ਜੰਗਲ 'ਚ ਛੱਡਤਾ। ਜੰਗਲ 'ਤੇ ਅਸੀਂ 200-250 ਕਿਲੋਮੀਟਰ ਤੁਰ ਕੇ ਗਏ,
ਪੋਲੈਂਡ, ਪੋਲੈਂਡ ਦੀ ਆਰਮੀ ਨੇ ਸਾਨੂੰ ਫੜ ਲਿਆ। ਉਹਨਾਂ ਫਿਰ ਸਾਨੂੰ 250-250 ਕਿਲੋਮੀਟਰ ਜੰਗਲ ਦੇ ਵਿੱਚ ਸਿੱਟਿਆ, ਜਿੱਥੋਂ ਕਿ ਅਸੀਂ ਨਿਕਲ ਨਹੀਂ ਸਕਦੇ ਸੀ। ਅਸੀਂ ਬਹੁਤ ਮੁਸ਼ਕਲ ਨਾਲ ਉੱਥੋਂ ਨਿਕਲੇ, 5-6 ਦਿਨ ਬਾਅਦ ਨਿਕਲੇ ਅਤੇ ਸਾਨੂੰ ਬਾਹਰ ਲੈ ਕੇ ਅਸੀਂ ਰੋਡ 'ਤੇ ਗਏ ਅਤੇ ਸਾਨੂੰ ਜਿਹੜਾ ਏਜੰਟ ਸੀਗਾ ਉਹਦਾ ਬੰਦਾ ਸੀਗਾ, ਉਹਨੇ ਕਿਹਾ ਕਿ ਤੁਹਾਨੂੰ ਅਸੀਂ ਰੂਮ 'ਚ ਲੈ ਕੇ ਚੱਲੇ ਹਾਂ। ਪਰ ਉੱਥੋਂ ਬਿਠਾ ਕੇ ਸਾਨੂੰ ਫਿਰ ਜੰਗਲ 'ਚ ਲੈ, ਕਹਿੰਦੇ ਦੁਬਾਰਾ ਫਿਰ ਡੌਂਕੀ ਲਾਓ। ਫਿਰ ਅਸੀਂ ਭੁੱਖੇ 'ਤੇ ਆਏ, ਸਾਡੇ ਕੋਲ ਕੁਛ ਖਾਣ ਨੂੰ ਨਹੀਂ ਸੀਗਾ, ਅਤੇ ਅਸੀਂ ਫਿਰ ਡੌਂਕੀ ਨੂੰ ਸਾਨੂੰ ਲੈ ਗਏ ਆ, ਧੱਕੇ ਨਾਲ ਲੈ ਕੇ ਗਿਆ ਜ਼ਬਰਦਸਤ। ਅਸੀਂ ਉੱਥੋਂ ਫਿਰ 5-6 ਦਿਨ ਫਿਰ ਤੁਰ ਕੇ, ਕਦੇ ਲਤਵੀਆ, ਕਦੇ ਫਿਨ ਆਪਣੇ ਪੋਲੈਂਡ, ਕਦੇ ਲਤੀਵੀਆ, ਜੰਗਲ 'ਚ ਘੁੰਮਦੇ ਰਹੇ। ਇੱਦਾਂ ਹੀ ਆਰਮੀ ਫੜ ਲੈਂਦੀ ਸੀ, ਪਿੱਛੇ ਸਿੱਟ ਦਿੰਦੀ ਸੀ, ਫਿਰ ਜਾਂਦੇ ਸੀ, ਫਿਰ ਸਿੱਟ ਦਿੰਦੇ ਸੀ। ਜਿਹੜੇ ਡੌਂਕਰ ਸੀਗੇ ਉਹ ਸਾਨੂੰ ਧੱਕੇ ਨਾਲ ਲੈ ਕੇ ਜਾਂਦੇ ਸੀ। ਫਿਰ ਸਾਨੂੰ 9 ਦਿਨ ਜੰਗਲ 'ਚ ਕੱਟੇ ਆ, 10ਵੇਂ ਦਿਨ ਸਾਨੂੰ ਰੂਮ 'ਚ ਚੱਲ ਗਏ ਲੈ ਗਏ। ਉਸ ਤੋਂ ਬਾਅਦ 'ਚ ਫਿਰ 2 ਕੁ ਦਿਨ ਰੂਮ 'ਚ ਰਹੇ, 3ਜੇ ਦਿਨ ਸਾਨੂੰ ਰਸ਼ੀਆ ਲੈ ਜਾਂਦਾ ਗਿਆ। ਰਸ਼ੀਆ ਤੋਂ ਫਿਰ ਸਾਨੂੰ ਕਹਿੰਦੇ ਕਿ ਤੁਹਾਨੂੰ ਫਿਨਲੈਂਡ ਪਹੁੰਚਾਉਣਾ ਆ ਬਾਰਡਰ 'ਤੇ। ਅਸੀਂ ਪਹਿਲਾਂ ਇੱਕ ਵਾਰੀ ਗਏ, 2 ਦਿਨ ਅਸੀਂ ਬਿਨਾਂ ਕੁਛ ਖਾਧੇ ਪੀਤੇ ਤੋਂ ਉੱਥੇ ਫਿਨਲੈਂਡ ਦੇ ਬਾਰਡਰ 'ਤੇ ਰਹੇ ਹਾਂ। ਬਹੁਤ 3-3 ਫੁੱਟ ਘੱਟੋ ਘੱਟ ਵੀ ਬਰਫ਼ ਪਈ ਸੀਗੀ ਥੱਲੇ, ਦੇ ਉੱਪਰੋਂ 24 ਘੰਟੇ ਬਰਫ਼ ਪੈਂਦੀ ਸੀਗੀ। ਅਸੀਂ ਬਹੁਤ ਹੀ ਠੰਡ ਨਾਲ ਉੱਥੇ ਦਿਨ ਕੱਟੇ 2। ਫਿਰ ਉਸ ਤੋਂ ਬਾਅਦ 'ਚ ਅਸੀਂ ਸੈਂਟ ਪੀਟਰ ਸ਼ਹਿਰ ਆ ਰਸ਼ੀਆ ਦਾ, ਉੱਥੇ ਚੱਲ ਗਏ। ਉੱਥੋਂ ਕਹਿੰਦੇ ਕਿ ਤੁਸੀਂ ਫੇਰ ਹੁਣ ਜਾਓ, ਤੁਹਾਡਾ ਹੀ ਫੇਰ ਲਵਾਉਣੀ ਹੈ ਡੌਂਕੀ। ਸਹੀ ਤਰੀਕੇ ਨਾਲ ਸਾਡੀ ਪੂਰੀ ਗੱਲਬਾਤ ਆ, ਸੈਟਿੰਗ ਆ, ਪਰ ਉਹਨਾਂ ਦੀ ਕੋਈ ਸੈਟਿੰਗ ਨਹੀਂ ਸੀਗੀ। ਜਦੋਂ ਸਾਨੂੰ ਲੈ ਗਏ ਫਿਨਲੈਂਡ ਦੇ ਬਾਰਡਰ 'ਤੇ, ਉੱਥੇ ਆਰਮੀ ਨੇ ਸਾਨੂੰ ਵਾਪਸ ਭੇਜਤਾ। ਵਾਪਸ ਅਸੀਂ 25-30 ਕਿਲੋਮੀਟਰ ਆਏ ਹਾਂ ਅਤੇ ਡਰਾਈਵਰ ਨੇ ਸਾਡੇ ਨਾਲ ਜ਼ਬਰਦਸਤ ਕੀਤਾ। ਸਾਡੇ ਪਾਸਪੋਰਟ ਉਹਨੇ ਪੁਲਿਸ ਵਾਲਿਆਂ ਤੋਂ ਲੈ ਲਏ। ਸਾਨੂੰ ਕਹਿੰਦਾ ਕਿ ਤੁਹਾਨੂੰ ਹੋਟਲ 'ਚ ਛੱਡਣਾ, ਦੂਜੀ ਟੈਕਸੀ ਆਊਗੀ ਉਹ ਚੱਕੂਗੀ। ਪਰ ਦੂਜੀ ਟੈਕਸੀ ਨਹੀਂ ਆਈ, ਉੱਥੇ ਪੁਲਿਸ ਨੇ ਸਾਨੂੰ ਫੜ ਲਿਆ। ਪੁਲਿਸ ਫੜ ਕੇ ਸਾਨੂੰ ਲੈ ਗਈ ਥਾਣੇ 'ਚ, ਥਾਣੇ ਤੋਂ ਸਾਨੂੰ ਜੇਲ੍ਹ ਭੇਜਿਆ ਗਿਆ ਆ। ਜੇਲ੍ਹ 'ਚ ਬਹੁਤ ਹੀ ਮੰਦਾ ਹਾਲ ਸਾਡਾ ਹੋਇਆ 15 ਦਿਨ। ਸਾਡੀ ਘਰ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਨੇ, ਉਹਦੀ ਵਜ੍ਹਾ ਕਰਕੇ ਅੱਜ ਅਸੀਂ ਪੰਜਾਬ ਆਏ ਹਾਂ, ਨਹੀਂ ਤਾਂ ਸਾਡੇ ਨਾਲ ਪਤਾ ਨਹੀਂ ਕੀ ਹੋਣਾ। ਹੋ ਸਕਦਾ ਸਾਡੇ ਜੋ ਕੋਈ 1-2 ਬੰਦੇ ਆ ਜੀ, ਡੈਥ ਵੀ ਹੋ ਜਾਣੀ। ਕੁੱਲ ਅਸੀਂ 6 ਮੁੰਡੇ ਵਾਪਸੀ ਆਏ ਹਾਂ, ਅਤੇ ਉੱਥੇ ਹੋਰ ਬਹੁਤ ਹੀ ਮਤਲਬ ਵੱਖ ਵੱਖ ਕੰਟਰੀਆਂ ਦੇ ਬੰਦੇ ਫਸੇ ਆ, ਬਹੁਤ ਹੀ ਰੋਂਦੇ ਆ। ਕਈਆਂ ਦੀਆਂ ਲੱਤਾਂ ਖਰਾਬ ਹੋਈਆਂ ਅੰਦਰ, ਕਈਆਂ ਦੀਆਂ ਬਾਹਾਂ ਖਰਾਬ ਹੋਈਆਂ ਅੰਦਰ। ਅਸੀਂ ਨੌਜਵਾਨ ਵੀਰਾਂ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਹੱਥ ਜੋੜ ਕੇ ਬੇਨਤੀ ਆ, ਕੋਈ ਵੀ ਬੰਦਾ 2 ਨੰਬਰ 'ਚ ਨਾ ਜਾਵੇ, ਡੌਂਕੀ 'ਚ ਲਾ ਕੇ ਨਾ ਜਾਵੇ, ਖਾਸ ਕਰਕੇ ਬੈਲਾਰੂਸ ਦੀ ਡੌਂਕੀ ਨਾ ਲਾਵੇ। ਸਾਡੇ ਸਾਹਮਣੇ ਸਾਡੇ ਨਾਲ ਗਏ ਸੀਗੇ, ਅਸੀਂ 22 ਜਣੇ ਨੇ ਗਏ ਸੀਗੇ, ਉਹਨਾਂ 'ਚੋਂ 2 ਮੁੰਡੇ ਮਰ ਗਏ ਆ ਜਿਨ੍ਹਾਂ ਦੀ ਡੈਥ ਹੋਈ ਸੀਗੀ। ਸਾਡਾ ਕਪੂਰਥਲੇ ਜ਼ਿਲ੍ਹੇ ਦਾ ਏਜੰਟ ਆ। ਰਸ਼ੀਆ ਦੇ ਵਿੱਚ ਫਸੇ ਹੋਏ ਸੀਗੇ 5-6 ਨੌਜਵਾਨ, ਜਿਨ੍ਹਾਂ ਦੇ ਵਿੱਚੋਂ 5 ਪੰਜਾਬ ਦੇ ਸੀ ਅਤੇ 1 ਹਰਿਆਣਾ ਦਾ ਸੀ। 5 ਆਪਣੇ ਕੋਲ ਆ ਗਏ ਆ। ਇਹ ਬਲਵਿੰਦਰ ਸਿੰਘ ਵਾਸੀ ਸੋਹਣਾ ਫਾਜ਼ਿਲਕਾ ਤੋਂ, ਗੁਰਮੀਤ ਸਿੰਘ ਵਾਸੀ ਕਪੂਰਥਲਾ, ਗੁਰਵਿਸ਼ਵਾਸ ਸਿੰਘ ਗੁਰਦਾਸਪੁਰ ਤੋਂ, ਹਰਜੀਤ ਸਿੰਘ ਇਹ ਵੀ ਗੁਰਦਾਸਪੁਰ ਤੋਂ, ਲਖਵੀਰ ਸਿੰਘ ਸਾਹਕੋਟ ਜਲੰਧਰ ਤੋਂ, ਅਤੇ ਰਾਹੁਲ ਇਹ ਕਰਨਾਲ ਹਰਿਆਣਾ ਤੋਂ। ਇਹ 6 ਬੱਚੇ ਜਿਹੜੇ ਹੈਗੇ ਆ ਫਸੇ ਹੋਏ ਸੀਗੇ ਸਾਡੇ ਕੋਲ। ਇੱਕ ਦਿਨ ਜਿਹੜੇ ਇਹਨਾਂ ਦੇ ਬ੍ਰਦਰ ਆਏ ਸੀਗੇ ਆਪਣੇ, ਉਹਨਾਂ ਨੇ ਆਣ ਕੇ ਦਰਖਾਸਤ ਦਿੱਤੀ ਸੀਗੀ ਵੀ ਬਾਬਾ ਜੀ ਸਾਡੇ ਬੱਚਾ ਜਿਹੜਾ ਬਾਹਰ ਫਸਿਆ ਉਹ, ਅਤੇ ਉਹਨਾਂ ਦੇ ਨਾਲ 5-4 ਜਿਹੜੇ ਹੈਗੇ ਆ ਹੋਰ ਵੀ ਉੱਥੇ ਨੌਜਵਾਨ ਜਿਹੜੇ ਹੈਗੇ ਫਸੇ ਹੋਏ ਆ। ਅਸੀਂ ਉਹਦਾ ਅੰਬੈਸੀ ਦੇ ਨਾਲ ਸੰਪਰਕ ਕੀਤਾ ਅਤੇ ਮਹਾਰਾਜ ਨੇ ਕਿਰਪਾ ਕਰ ਦਿੱਤੀ। ਅਸੀਂ ਧੰਨਵਾਦ ਕਰਦੇ ਹਾਂ ਇੰਡੀਅਨ ਅੰਬੈਸੀ ਦਾ ਵੀ, ਜਿਹਨਾਂ ਨੇ ਬੜੀ ਜਲਦੀ, ਅਸੀਂ 17 ਤਰੀਕ ਨੂੰ ਇਹਨਾਂ ਨੇ ਅਪਰੋਚ ਕੀਤੀ ਸੀ 17-20 ਨੂੰ, ਅਤੇ 24 ਤਰੀਕ ਨੂੰ ਇਹ ਬੱਚੇ ਜਿਹੜੇ 6 ਆ ਇਹ ਵਾਪਸ ਆ ਗਏ।
ਮਾਂ ਬਾਪ ਦੇ ਕੋਲ ਪਹੁੰਚ ਗਿਆ। ਉੱਥੋਂ ਬੜੀ ਦੁੱਖ ਦੀ ਗੱਲ ਹੈ ਕਿ ਇਹਨਾਂ ਕੋਲ 13-13 ਲੱਖ ਨਗਦ ਅਤੇ 2-2.5-2.5 ਲੱਖ ਰੁਪਈਆ ਇਹਨਾਂ ਕੋਲ ਖਰਚਣ ਵਾਸਤੇ ਏਜੰਟਾਂ ਨੇ ਲਿਆ, ਅਤੇ ਪਤਾ ਨਹੀਂ ਕਿਹੜੇ ਕਿਹੜੇ ਬੋਰਡਰਾਂ 'ਤੇ ਕੋਈ ਜਿਸ ਤਰ੍ਹਾਂ ਹੈਗਾ ਪਸ਼ੂਆਂ ਵਾਂਗੂ ਧੱਕ ਦਿੰਦੇ ਸੀ, ਉਹ ਅੱਗੇ ਗਾਂ ਫੜ ਕੇ ਕਹਿ ਦਿਓ ਵਾਪਸ ਕਰ ਦਿੰਦੇ ਸੀ। ਇਸੇ ਤਰ੍ਹਾਂ ਹੀ ਵਾਰ ਵਾਰ ਫਿਰ ਇਹ ਰਸ਼ੀਆ ਚਲੇ ਗਏ, ਰਸ਼ੀਆ ਜਾ ਕੇ ਉੱਥੇ ਫਸ ਗਏ ਅਤੇ ਉੱਥੇ ਇਹਨਾਂ ਦੇ ਇਹਨਾਂ ਨੂੰ ਅੰਦਰ ਕਰ ਦਿੱਤਾ ਅਤੇ ਸਾਡੇ ਕੋਲ ਜਦੋਂ ਪਹੁੰਚੇ ਤਾਂ ਅਸੀਂ ਇਹਨਾਂ ਨੂੰ ਜਿਹੜਾ ਹੈ ਵੈਸ਼ੀ ਨਾਮ ਜਿਹੜਾ ਹੈਗਾ ਸੰਪਰਕ ਕੀਤਾ ਅਤੇ ਏਜੰਟ ਇਹਨਾਂ ਨੂੰ ਵਾਰ ਵਾਰ ਕਦੇ ਫਿਨਲੈਂਡ ਕਦੇ ਰਸ਼ੀਆ ਵੱਖ ਵੱਖ ਥਾਵਾਂ ਦੇ ਉੱਤੇ ਇਹਨਾਂ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਅਤੇ ਜੋ ਇਹਨਾਂ ਨੇ ਦੱਸਿਆ ਅਤੇ ਇਹਨਾਂ ਦੀ ਜਿਹੜੀ ਸਿਹਤ ਪੱਖੋਂ ਵੀ ਬੜੇ ਇਹ ਕਮਜ਼ੋਰ ਹੋ ਗਏ ਕਿ ਉੱਥੇ ਖਾਣ ਨੂੰ ਕੁਛ ਨਹੀਂ ਸੀ ਮਿਲਦਾ, ਥੋੜ੍ਹਾ ਬਹੁਤਾ ਜਿਹੜਾ ਹੈਗਾ ਉਹ ਦਿੰਦੇ ਸੀ, ਜਿਹੜਾ ਕਿ ਦਿੰਦੇ ਸੀ ਉਹ ਖਾਣ ਵਾਲਾ ਨਹੀਂ ਸੀ। ਸੋ ਬੜੀ ਤਕਲੀਫਾਂ ਭਰੀ ਇਹਨਾਂ ਨੇ ਜ਼ਿੰਦਗੀ ਕੱਟੀ। ਅਸੀਂ ਬੇਨਤੀ ਕਰਾਂਗੇ ਸਾਰੇ ਨੌਜਵਾਨ ਜਿਹੜੇ ਸੁਨਹਿਰੀ ਸੁਪਨੇ ਸਾਨੂੰ ਏਜੰਟ ਦਿਖਾ ਦਿੰਦੇ ਆ ਅਤੇ ਉਸ ਮਗਰੋਂ ਜਦੋਂ ਮਾਂ ਬਾਪ ਦੇ ਕੋਲੋਂ ਲੈ ਜਾਂਦੇ ਆ ਫਿਰ ਉੱਥੇ ਜੋ ਵਾਪਰਦਾ ਉਹ ਬੱਚੇ ਜਾਣਦੇ ਆ। ਇਹ ਦੱਸ ਰਿਹਾ ਕਿ ਕਿੰਨੇ ਬੱਚੇ ਉੱਥੇ ਜਿਹੜੇ ਹੈਗੇ ਆ ਮਰ ਵੀ ਚੁੱਕੇ, ਇਹਨਾਂ ਦੇ ਸਾਹਮਣੇ ਵੀ ਮਰਿਆ ਬੰਦਾ। ਸੋ ਕਿਸ ਤਰ੍ਹਾਂ ਦੇ ਹਾਲਾਤ ਉੱਥੇ ਆ ਅਤੇ ਅਸੀਂ ਬੇਨਤੀ ਕਰਾਂਗੇ ਕਿ ਇੱਥੇ ਮਹਾਰਾਜ ਨੇ ਕਿਰਪਾ ਕੀਤੀ ਹੈ, ਇੱਥੇ ਮਿਹਨਤ ਕਰੋ, ਇਸ ਤਰ੍ਹਾਂ ਦੇ ਤਰੀਕੇ ਨੇ ਜੇ ਜਾਣਾ ਵਾ ਤਾਂ ਸਹੀ ਤਰੀਕੇ ਦੇ ਨਾਲ ਬਾਹਰ ਜਾਓ, ਆਈਲੈਟਸ ਕਰਕੇ ਜਾਂਦੇ ਆ ਜਾਂ ਕੁਛ ਵਰਕ ਪਰਮਿਟ ਦੇ ਉੱਤੇ ਜਾਓ। ਜਦੋਂ ਇਸ ਤਰ੍ਹਾਂ ਏਜੰਟਾਂ ਦੀਆਂ ਭਰਮਾਉਣ ਵਾਲੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ, ਹਰ ਕੋਈ ਸੋਚਦਾ ਕਿ ਮੇਰਾ ਬੱਚਾ ਚੱਲ ਜੂਗਾ, ਮੇਰੀ ਗਰੀਬੀ ਚੱਕੀ ਜਾਊਗੀ, ਜਦੋਂ ਕਿ ਜੋ ਕੁਛ ਸਾਡੇ ਕੋਲ ਹੁੰਦਾ ਉਹ ਵੀ ਏਜੰਟ ਜਿਹੜੇ ਹੈਗੇ ਆ ਉਹ ਖੋਹ ਲੈਂਦੇ ਆ ਅਤੇ ਮਗਰੋਂ ਲਾਚਾਰ ਅਵਸਥਾ ਦੇ ਵਿੱਚ ਬੱਚਿਆਂ ਦੀ ਉੱਥੇ ਜੋ ਹਾਲਤ ਹੁੰਦੀ ਹੈ, ਕਿਸ ਤਰ੍ਹਾਂ ਬਰਫ਼ਾਂ ਦੇ ਵਿੱਚ ਜੰਗਲਾਂ ਦੇ ਵਿੱਚ ਤੋੜਦੇ ਆ, ਕਿਸ ਤਰ੍ਹਾਂ ਦੇ ਉਹ ਦਿਨ ਜਿਹੜੇ ਹੈਗੇ ਆ ਭੁੱਖਣ ਭਾਣੇ ਕੱਢਦੇ ਆ। ਬਹੁਤ ਅਸੀਂ ਬੇਨਤੀ ਕਰਾਂਗੇ ਕਿ ਆਪਣੇ ਨੌਜਵਾਨਾਂ ਨੂੰ ਇਸ ਤਰ੍ਹਾਂ ਜਾਣਾ ਵੀ ਨਹੀਂ ਚਾਹੀਦਾ, ਇੱਥੇ ਮਿਹਨਤ ਕਰੋ, ਅਤੇ ਜੇਕਰ ਮਾਂ ਬਾਪ ਨੂੰ ਵੀ ਬੇਨਤੀ ਕਰਦੇ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਜਿਹੜਾ ਪਾਲ ਪਲੋਸ ਕੇ ਵੱਡੇ ਕੀਤਾ ਇਹਨਾਂ ਏਜੰਟਾਂ ਦੇ ਹਵਾਲੇ ਨਾ ਕਰੋ, ਨਾਲੇ ਆਪਣਾ ਘਰ ਲੁਟਾ ਰਹੇ ਹਾਂ ਅਤੇ ਨਾਲ ਦੀ ਨਾਲ ਬੱਚਿਆਂ ਨੂੰ ਜਿਹੜਾ ਹੈ ਉਹ ਇਹੋ ਜਿਹੇ ਥਾਂ 'ਤੇ ਸੁੱਟ ਰਿਹਾ ਜਿੱਥੇ ਉਹਦਾ ਕੋਈ ਵਾਲੀ ਵਾਰਸ ਨਾ ਹੋਵੇ। ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਬੱਚੇ ਘਰ ਆਏ ਆ, ਇਹਦਾ ਅਸੀਂ ਬੱਚਿਆਂ ਨੂੰ ਵੀ ਇਹਨਾਂ ਦੇ ਮਾਂ ਬਾਪ ਦਾ ਵੀ ਜਿੱਥੇ ਜਿਹੜਾ ਧੰਨਵਾਦ ਕਰਦੇ ਆ, ਸ਼ੁਕਰਗੁਜ਼ਾਰ ਕਰਦੇ ਆ ਜੋ ਅੰਬੈਸੀ ਦਾ ਅਤੇ ਉਹ ਸਾਰੇ ਅਧਿਕਾਰੀਆਂ ਦਾ ਜਿਹਨਾਂ ਨੇ ਐਫਰਟ ਕਰਕੇ ਇਹਨਾਂ ਨੂੰ ਛਡਾਇਆ, ਬਹੁਤ ਬਹੁਤ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬਾਬਾ ਜੀ ਟਰੈਵਲ ਏਜੰਟ ਭੇਜ ਰਹੇ 2 ਨੰਬਰ 'ਤੇ, ਕੀ ਉਹਨਾਂ ਨੇ ਕੋਈ ਕਾਰਵਾਈ ਕੀਤੀ ਹੈ ਤੁਹਾਡੇ ਕੋਲ ਕੋਈ? ਹਾਂ, ਅਸੀਂ ਤਾਂ ਇਹਨਾਂ ਨੂੰ ਕਵਾਂਗੇ ਜਿਹੜੇ ਹੈਗੇ ਆ, ਇਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਪੁਲਿਸ ਤੀਕਰ ਪਹਿਲਾਂ ਹੀ ਪਹੁੰਚ ਗਈ ਆ, ਕਿਉਂਕਿ ਜਦੋਂ ਅਸੀਂ ਇਹਨਾਂ ਦੇ ਉੱਤੇ ਜਦੋਂ ਕੋਈ ਐਪਲੀਕੇਸ਼ਨ ਆਉਂਦੀ ਹੈ ਅਸੀਂ ਉਹਦੇ ਨਾਲ ਕਹਿੰਦੇ ਹਾਂ ਕਿ ਨਾਲ ਜਿਸ ਏਜੰਟ ਨੂੰ ਤੁਸੀਂ ਰਾਹੀਂ ਇਹ ਗਏ ਆ ਉਹਦੇ ਉੱਤੇ ਵੀ ਜਿਹੜੀ ਹੈਗੀ ਆ ਕਾਰਵਾਈ ਕਰੇ। ਅਸੀਂ ਅੱਗੇ ਵੀ DGP ਨੂੰ ਸਾਹਿਬ ਨੂੰ ਮਿਲੇ ਹਾਂ ਅਤੇ ਇਹਦੇ ਉੱਤੇ ਵਿਸ਼ੇਸ਼ ਤੌਰ 'ਤੇ ਫਿਰ ਧਿਆਨ ਦਿੰਦੇ ਹਾਂ ਕਿ ਜਿਹੜਾ ਬਹੁਤ ਕੁਛ ਜਿਹੜਾ ਇਹ ਠੱਗੀਆਂ ਦੇ ਨਾਲ ਸਾਡੇ ਬੱਚਿਆਂ ਨੂੰ ਜਿਹੜਾ ਹੈਗਾ ਸਰੀਰਕ ਇਹਨਾਂ ਦਾ ਜਿਹੜਾ ਹੈਗਾ ਉਹਦੇ ਮਾਨਸਿਕ ਪੀੜਾ ਜੋ ਇਹਨਾਂ ਨੇ ਝੱਲੀ ਹੈ ਉਹਦੇ ਨਾਲ ਆਰਥਿਕ ਤੌਰ 'ਤੇ ਲੁੱਟਿਆ ਜਾ ਰਿਹਾ, ਇਹ ਬੰਦ ਹੋਣਾ ਚਾਹੀਦਾ।